ਪੈਸੇ ਪਿੱਛੇ ਦੋਸਤ ਨੇ ਹੀ ਕੀਤੀ ਯਾਰ ਮਾਰ। ਆਪਣੀ ਮਹਿਲਾ ਦੋਸਤ ਨੂੰ ਮਿਲਣ ਗਿਆ ਸੀ ਨੌਜਵਾਨ ਤਾਂ ਉਸਦੇ ਘਰ ਪਹੁੰਚ ਕੇ ਚਲਾ ਦਿੱਤੀਆਂ ਗੋਲੀਆਂ। ਤਾਂ ਦੱਸ ਦੇ ਕਿ ਵੱਡੀ ਵਾਰਦਾਤ ਹੋਈ ਹੈ ਜਿੱਥੇ ਇੱਕ ਸ਼ਖਸ ਨੇ ਆਪਣੇ ਹੀ ਦੋਸਤ 'ਤੇ ਗੋਲੀਆਂ ਚਲਾ ਦਿੱਤੀਆਂ ਨੇ। ਮਿਲੀ ਜਾਣਕਾਰੀ ਅਨੁਸਾਰ ਇਹਨਾਂ ਦੇ ਵਿੱਚ ਪਹਿਲਾਂ ਤੋਂ ਹੀ ਪੈਸਿਆਂ ਦੀ ਲੈਣ ਦੇਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਅਤੇ ਵਿਵਾਦ ਇੰਨਾ ਵੱਧ ਗਿਆ ਕਿ ਉਸਨੇ ਆਪਣੇ ਦੋਸਤ 'ਤੇ ਹੀ ਗੋਲੀਆਂ ਚਲਾ ਦਿੱਤੀਆਂ। ਦੱਸਦੇ ਕਿ ਜਦੋਂ ਇਹ ਨੌਜਵਾਨ ਆਪਣੀ ਮਹਿਲਾ ਦੋਸਤ ਨੂੰ ਮਿਲਣ ਉਸਦੇ ਘਰ ਗਿਆ ਹੋਇਆ ਸੀ ਤਾਂ ਉਸਦਾ ਦੋਸਤ ਵੀ ਉਸਦੇ ਪਿੱਛੇ ਪਿੱਛੇ ਚਲਾ ਜਾਂਦਾ ਅਤੇ ਉਸਦੇ ਘਰ ਦੇ ਵਿੱਚ ਜਾ ਕੇ ਉੱਥੇ ਹੀ ਆਪਣੇ ਦੋਸਤ 'ਤੇ ਗੋਲੀਆਂ ਚਲਾ ਦਿੰਦਾ, ਜਿਸ ਤੋਂ ਬਾਅਦ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦਾ ਹੈ ਅਤੇ ਉਸਨੂੰ ਹਸਪਤਾਲ ਪਹੁੰਚਾ ਦਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਮਿਲਦੀ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਦੱਸਦੇ ਕਿ ਮਾਮਲਾ ਸੋਨੀਪਤ ਤੋਂ ਸਾਹਮਣੇ ਆਇਆ ਜਿੱਥੇ ਮਿਲੀ ਜਾਣਕਾਰੀ ਅਨੁਸਾਰ ਮਨਦੀਪ ਨਾਂ ਦਾ ਨੌਜਵਾਨ ਜਿਸਦੇ ਦੋਸਤ ਮਨੀਸ਼ ਨੇ ਉਸਤੇ ਗੋਲੀਆਂ ਚਲਾ ਦਿੱਤੀਆਂ ਨੇ ਅਤੇ ਦੱਸਿਆ ਜਾ ਰਿਹਾ ਹੈ ਕਿ ਮਨੀਸ਼ ਅਤੇ ਮਨਦੀਪ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਪੈਸਿਆਂ ਦੀ ਲੈਣ ਦੇਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਤਾਂ ਮਨਦੀਪ ਆਪਣੀ ਮਹਿਲਾ ਦੋਸਤ ਨੂੰ ਮਿਲਣ ਉਸਦੇ ਘਰ ਗਿਆ ਹੋਇਆ ਸੀ ਤਾਂ ਇਸ ਵਾਰਦਾਤ ਨੂੰ ਅੰਜਾਮ ਉਸਦੇ ਘਰ ਦੇ ਵਿੱਚ ਹੀ ਉਸਦੇ ਦੋਸਤ ਨੇ ਦਿੱਤਾ ਤਾਂ ਮਨਦੀਪ ਉਸਦੇ ਪਿੱਛੇ ਪਿੱਛੇ ਚਲਾ ਜਾਂਦਾ ਅਤੇ ਉਸਦੇ ਗੋਲੀਆਂ ਚਲਾ ਦਿੰਦਾ, ਜਿਸ ਤੋਂ ਬਾਅਦ ਉਸਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ। ਜਿਸ ਤੋਂ ਬਾਅਦ ਸੋਨੀਪਤ ਪੁਲਿਸ ਨੇ ਇਸ ਪੂਰੇ ਮਾਮਲੇ ਦੇ ਵਿੱਚ ਜ਼ਖਮੀ ਸ਼ਖਸ ਦੀ ਪਤਨੀ ਦੀ ਸ਼ਿਕਾਇਤ ਦੇ ਆਧਾਰ 'ਤੇ ਮੁਕੱਦਮਾ ਦਰਜ ਕਰ ਲਿਆ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਆਜ ਥਾਣੇ ਪਰ ਸਾਹਮਣੇ ਕਿ ਕਿਸੀ ਵਿਅਕਤੀ ਕੋ ਮਨਦੀਪ ਨਾਮ ਕੇ ਵਿਅਕਤੀ ਕੋ ਗੋਲੀ ਲਗੀ ਹੈ ਉਸੇ ਵੀ ਰੋਕਤਲ ਲਾ ਕੇ ਜਿਸ ਦਾ ਬੜੀ ਹਾਰ ਆਇਆ ਹੋਗਾ ਹਮ ਇਸ ਤੇ ਬਿਆਨ ਬੋਲ ਲੈਣੇ ਕੇ ਬਾਅਦ ਸਾਰੀ ਬਾਤ ਸੱਚਾਈ ਪਤਾ ਚਲੇਗਾ ਉਸਕੇ ਬਾਅਦ ਗੋਲੀ ਲਗੀ ਹੈ ਸ਼ਿਕਾਇਤ ਕਿਆ ਦੀ ਹੈ ਪ੍ਰਾਥਮਿਕ ਜਾਂਚ ਮੇਂ ਕਿਆ ਸਾਹਿਬ ਪੂਰੀ ਕੰਪਲੀਟ ਹੋਈ ਨਹੀਂ ਹੈ ਕਿਆ ਦੀ ਜਾ ਰਹੀ ਹੈ ਸ਼ਿਕਾਇਤ ਪੈਰ ਨੂੰ ਗੋਲ ਲਗੀ ਕਿਆ ਬਤਾ ਰਹੇ ਇਸਕੇ ਦੋਸਤ ਮਨੀ ਸਲਾਮ ਕੇ ਦੋਸਤ ਚਸੌਰ ਖੇੜੀ ਕੇ ਨੇ ਗੋਲੀ ਮਾਰੀ ਹੈ ਅੱਛਾ ਕੋਈ ਪੈਸੇ ਕੋ ਲੈਣ ਦੇਣ ਬਤਾਇਆ ਜਾ ਰਹਾ ਹੈ ਬਾਕੀ ਸਾਰੀ ਬਾਤ ਪੂਰੀ ਕੰਪਲੀਟ ਸ਼ਿਕਾਇਤ ਆ ਰਹੀ ਬਾਤ ਕੰਪਲੀਟ ਹੈ ਪੈਸੇ ਕੋ ਲੈਣ ਦੇਣ ਕੋ ਲੈ ਗੋਲੀ ਮਾਰੀ ਹੈ ਸਰ ਮਨੀਸ਼ ਨੇ ਮਨਦੀਪ ਕੋ ਮਨਦੀਪ ਕਿਆ ਕਰਤਾ ਸਰ ਅਭੀ ਕਨਫਰਮ ਨਹੀਂ ਹੋ ਪਾਇਆ ਇਸ ਬਾਤ ਕੇ ਬਾਰੇ ਮੇਂ ਸਾਰੀ ਬਾਤ ਸੱਚਾਈ ਸਾਹਮਣੇ ਆ ਗਈ ਪਤਾ ਕਰ ਲਿਆ ਆਰੋਪੀ ਫਰਾਰ ਹੈ ਸਰ ਆਰੋਪ ਫਰਾਰ ਪੈਸੇ ਪਿੱਛੇ ਦੋਸਤ ਨੇ ਹੀ ਕੀਤੀ ਯਾਰ ਮਾਰ। ਆਪਣੀ ਮਹਿਲਾ ਦੋਸਤ ਨੂੰ ਮਿਲਣ ਗਿਆ ਸੀ ਨੌਜਵਾਨ ਤਾਂ ਉਸਦੇ ਘਰ ਪਹੁੰਚ ਕੇ ਚਲਾ ਦਿੱਤੀਆਂ ਗੋਲੀਆਂ। ਤਾਂ ਦੱਸਦੇ ਕਿ ਵੱਡੀ ਵਾਰਦਾਤ ਹੋਈ ਹੈ ਜਿੱਥੇ ਇੱਕ ਸ਼ਖਸ ਨੇ ਆਪਣੇ ਹੀ ਦੋਸਤ 'ਤੇ ਗੋਲੀਆਂ ਚਲਾ ਦਿੱਤੀਆਂ ਨੇ। ਮਿਲੀ ਜਾਣਕਾਰੀ ਅਨੁਸਾਰ ਇਹਨਾਂ ਦੇ ਵਿੱਚ ਪਹਿਲਾਂ ਤੋਂ ਹੀ ਪੈਸਿਆਂ ਦੀ ਲੈਣ ਦੇਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਅਤੇ ਵਿਵਾਦ ਇੰਨਾ ਵੱਧ ਗਿਆ ਕਿ ਉਸਨੇ ਆਪਣੇ ਦੋਸਤ 'ਤੇ ਹੀ ਗੋਲੀਆਂ ਚਲਾ ਦਿੱਤੀਆਂ। ਦੱਸਦੇ ਕਿ ਜਦੋਂ ਇਹ ਨੌਜਵਾਨ ਆਪਣੀ ਮਹਿਲਾ ਦੋਸਤ ਨੂੰ ਮਿਲਣ ਉਸਦੇ ਘਰ ਗਿਆ ਹੋਇਆ ਸੀ ਤਾਂ ਉਸਦਾ ਦੋਸਤ ਵੀ ਉਸਦੇ ਪਿੱਛੇ ਪਿੱਛੇ ਚਲਾ ਜਾਂਦਾ ਅਤੇ ਉਸਦੇ ਘਰ ਦੇ ਵਿੱਚ ਜਾ ਕੇ ਉੱਥੇ ਹੀ ਆਪਣੇ ਦੋਸਤ 'ਤੇ ਗੋਲੀਆਂ ਚਲਾ ਦਿੰਦਾ, ਜਿਸ ਤੋਂ ਬਾਅਦ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦਾ ਹੈ ਅਤੇ ਉਸਨੂੰ ਹਸਪਤਾਲ ਪਹੁੰਚਾ ਦਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਮਿਲਦੀ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਦੱਸਦੇ ਕਿ ਮਾਮਲਾ ਸੋਨੀਪਤ ਤੋਂ ਸਾਹਮਣੇ ਆਇਆ ਜਿੱਥੇ ਮਿਲੀ ਜਾਣਕਾਰੀ ਅਨੁਸਾਰ ਮਨਦੀਪ ਨਾਂ ਦਾ ਨੌਜਵਾਨ ਜਿਸਦੇ ਦੋਸਤ ਮਨੀਸ਼ ਨੇ ਉਸਤੇ ਗੋਲੀਆਂ ਚਲਾ ਦਿੱਤੀਆਂ ਨੇ ਅਤੇ ਦੱਸਿਆ ਜਾ ਰਿਹਾ ਹੈ ਕਿ ਮਨੀਸ਼ ਅਤੇ ਮਨਦੀਪ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਪੈਸਿਆਂ ਦੀ ਲੈਣ ਦੇਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਤਾਂ ਮਨਦੀਪ ਆਪਣੀ ਮਹਿਲਾ ਦੋਸਤ ਨੂੰ ਮਿਲਣ ਉਸਦੇ ਘਰ ਗਿਆ ਹੋਇਆ ਸੀ ਤਾਂ ਇਸ ਵਾਰਦਾਤ ਨੂੰ ਅੰਜਾਮ ਉਸਦੇ ਘਰ ਦੇ ਵਿੱਚ ਹੀ ਉਸਦੇ ਦੋਸਤ ਨੇ ਦਿੱਤਾ ਤਾਂ ਮਨਦੀਪ ਉਸਦੇ ਪਿੱਛੇ ਪਿੱਛੇ ਚਲਾ ਜਾਂਦਾ ਅਤੇ ਉਸਦੇ ਗੋਲੀਆਂ ਚਲਾ ਦਿੰਦਾ, ਜਿਸ ਤੋਂ ਬਾਅਦ ਉਸਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ। ਜਿਸ ਤੋਂ ਬਾਅਦ ਸੋਨੀਪਤ ਪੁਲਿਸ ਨੇ ਇਸ ਪੂਰੇ ਮਾਮਲੇ ਦੇ ਵਿੱਚ ਜ਼ਖਮੀ ਸ਼ਖਸ ਦੀ ਪਤਨੀ ਦੀ ਸ਼ਿਕਾਇਤ ਦੇ ਆਧਾਰ 'ਤੇ ਮੁਕੱਦਮਾ ਦਰਜ ਕਰ ਲਿਆ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਆਜ ਥਾਣੇ ਪਰ ਸਾਹਮਣੇ ਕਿ ਕਿਸੀ ਵਿਅਕਤੀ ਕੋ ਮਨਦੀਪ ਨਾਮ ਕੇ ਵਿਅਕਤੀ ਕੋ ਗੋਲੀ ਲਗੀ ਹੈ ਉਸੇ ਵੀ ਰੋਕਤਲ ਲਾ ਕੇ ਜਿਸ ਦਾ ਬੜੀ ਹਾਰ ਆਇਆ ਹੋਗਾ
इतने बयान बोल लेने के बाद सारी बात सच्चाई पता चलेगा। उसके बाद शिकायत क्या दी जाए, प्राथमिक जांच में क्या साफ? पूरी कंप्लीट हुई नहीं है। क्या दी जा रही है? पैर में गोली लगी। क्या बता रहे इसके दोस्त? मनीष राम के दोस्त चसौर खेड़ी के गोली मारी है। अच्छा, और पैसों को लेन देन बताया जा रहा है। बाकी सारी बात शिकायत आने के बाद कम्प्लीट। पैसे को लेन देन को लेकर गोली मारी है सर मनीष ने मनदीप को। मनदीप क्या करता है सर? अभी कंफर्म नहीं हो पाया इस बात के बारे में। सारी बात सच्चाई सामने आएगी, पता करेंगे। आरोपी फरार है सर? आरोप फरार।